डेली पंजाब न्यूज़ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਜੀ। ਮੌਸਮ ਵਿਭਾਗ ਦੁਆਰਾ ਅੱਜ ਕਿੰਨਾ ਕਿੰਨਾ ਇਲਾਕਿਆਂ ਵਿੱਚ ਸਾਨੂੰ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਤੇ ਕਿੰਨਾ ਇਲਾਕਿਆਂ ਵਿੱਚ ਬੱਦਲਵਾਈ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਹਾਂਜੀ, ਉਸ ਤੋਂ ਪਹਿਲਾਂ ਦੋਸਤੋ, ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਹਾਂਜੀ ਦੋਸਤੋ, ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਵਿੱਚ ਬੱਦਲਵਾਹੀ ਬਣੀ ਹੋਈ ਆ। ਕੁਝ ਇਲਾਕਿਆਂ ਵਿੱਚ ਸਾਨੂੰ ਧੁੱਪ ਦੇਖਣ ਨੂੰ ਮਿਲ ਰਹੀ ਆ। ਜੇ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਨੇ ਪੰਜਾਬ ਨੂੰ ਚਾਰੇ ਪਾਸੋਂ ਘੇਰ ਰੱਖਿਆ ਹੈ, ਜਿਸ ਕਾਰਨ ਸਾਨੂੰ ਕੁਝ ਕੁਝ ਸਮੇਂ ਬਾਅਦ ਮੌਸਮ ਵਿੱਚ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ। ਹਾਂਜੀ, ਜੇਕਰ ਗੱਲ ਕਰੀਏ ਅੱਜ ਸ਼ਾਮ ਤੱਕ ਦੇ ਮੌਸਮ ਦੀ ਤਾਂ ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਤਲਵੰਡੀ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਜਿੱਦਾਂ ਮਾਨਸਾ, ਸੰਗਰੂਰ ਹੋ ਗਿਆ, ਬਰਨਾਲਾ ਹੋ ਗਿਆ, ਇਹਨਾਂ ਇਲਾਕਿਆਂ ਵਿੱਚ ਸਾਨੂੰ ਅੱਜ ਭਾਰੀ ਮੀਂਹ ਤਾਂ ਨਹੀਂ ਕਹਿ ਸਕਦੇ ਪਰ ਹਲਕੀ ਫੁਲਕੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ ਅਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਹਾਂਜੀ, ਤਾਂ ਗੱਲ ਕਰੀਏ ਜੇਕਰ ਬਾਕੀ ਰਹਿੰਦੇ ਇਲਾਕਿਆਂ ਦੀ ਤਾਂ ਗੁਰਦਾਸਪੁਰ, ਪਠਾਨਕੋਟ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਜਿੱਦਾਂ ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਲੁਧਿਆਣਾ, ਐਸ ਐਸ ਨਗਰ, ਚੰਡੀਗੜ੍ਹ, ਮੋਹਾਲੀ, ਹਾਂਜੀ ਸਰੋਤੇ ਵੀਰੋ, ਇਹਨਾਂ ਵਿੱਚ ਸਾਨੂੰ ਅੱਜ ਸ਼ਾਮ ਤੱਕ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਅਤੇ ਹਾਂਜੀ, ਇਸ ਦੇ ਨਾਲ ਹੀ ਸਾਡੀ ਖਬਰ ਇੱਥੇ ਹੀ ਸਮਾਪਤ ਹੁੰਦੀ ਹੈ ਜੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।